ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਹੁਣੇ ਤੁਸੀਂ ਜੋ ਤਸਵੀਰਾਂ ਦੇਖੀਆਂ ਉਹ ਜਲੰਧਰ ਦੇ ਕੁਝ ਐਸੇ ਇਤਿਹਾਸਕ ਗੁਰਦੁਆਰਿਆਂ ਦੀ ਨੇ ਜਿੱਥੇ ਵੱਡੇ ਤੌਰ ਦੇ ਉੱਤੇ ਪੀੜ ਇਕੱਠੀ ਹੁੰਦੀ ਸੀਗੀ ਮੱਥਾ ਟੇਕਣ ਦੇ ਲਈ ਵਿਸਾਖੀ ਦੇ ਮੌਕੇ ਦੇ ਉੱਤੇ ਤੇ ਜੇਕਰ ਅਸੀਂ ਗੱਲ ਕਰੀਏ 13 April 2020 ਦੀ ਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸਾਰੀ ਦੁਨੀਆ ਦੀ ਆਵਾਜਾਈ ਠੱਪ ਹੋ ਚੁੱਕੀ ਹੈ ਬਿਲਕੁਲ ਦੁਨੀਆ ਹੀ ਠੱਪ ਹੋ ਚੁੱਕੀ ਹੈ ਤੇ ਜਿੱਥੇ ਦੁਨੀਆ ਠੱਪ ਹੋ ਚੁੱਕੀ ਹੈ ਉੱਥੇ ਇਨ੍ਹਾਂ ਗੁਰਦੁਆਰਿਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਇੱਥੇ ਇਕੱਠ ਨਾ ਹੋ ਸਕੇ ਤੇ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਤੇ ਜਦੋਂ ਅਸੀਂ ਇੱਥੇ ਗੁਰਦੁਆਰਿਆਂ ਦੇ ਪ੍ਰਬੰਧਕਾ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕੀ ਕੀ ਹਦਾਇਤਾਂ ਜਾਰੀ ਕੀਤੀਆਂ ਨੇ ਸੰਗਤ ਦੇ ਲਈ ਤੁਸੀਂ ਖੁਦ ਸੁਣ ਲਓ ਜਦੋਂ ਤੋਂ 커ਫਿਊ ਲੱਗਿਆ ਲਾਕਡਾਊਨ ਲੱਗਿਆ ਉਦੋਂ ਤੋਂ ਇਹ ਰਾਤਾਂ ਦਿੱਤੀਆਂ ਨੇ ਕਿ ਪੰਜ ਬੰਦਿਆਂ ਤੋਂ ਵੱਧ ਤੁਸੀਂ ਇਕੱਠੇ ਨਹੀਂ ਹੋ ਸਕਦੇ ਤੇ ਗੁਰਦੁਆਰਾ ਸ਼੍ਰੀ巴巴ਨਾਲ ਸਿੰਘ ਤਲਣ ਵਿਖੇ ਹੀ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਇੱਥੇ ਅਸੀਂ ਕੰਮ ਕਰ ਰਹੇ ਹਾਂ ਤੇ ਸਰਬੱਤ ਦੇ ਭਲੇ ਲਈ ਅਸੀਂ ਇੱਥੇ ਬੈਠ ਕੇ ਅਰਦਾਸ ਕਰ ਰਹੇ ਆਂ ਕਿ ਘਰਾਂ ਤੋਂ ਵੀ ਅਰਦਾਸ ਕਰਨੇ ਆਂ ਤੇ ਅੱਜ ਵਿਸਾਖੀ ਦਾ ਪੁਰਬ ਹੈ ਤੇ ਅੱਜ ਦੇ ਦਿਨ ਤਕਰੀਬਨ 17000 ਤੋਂ 20000 ਦੇ ਵਿੱਚ ਸੰਗਤ ਆਂਦੀ ਹੈ ਤੇ ਰੋਜ਼ ਵੀ ਪਰਡੇ 3-4000 ਸੰਗਤ ਆਂਦੀ ਹੈ ਤੇ ਐਤਵਾਰ ਨੂੰ ਵੀ 17 ਤੋਂ 20000 ਇਸ ਸਥਾਨ ਤੇ ਦੂਰੋਂ ਦੂਰੋਂ ਸੰਗਤ ਦੇਸ਼ੋਂ ਦੇਸ਼ੋਂ ਇਸ ਸਥਾਨ ਤੇ ਪਹੁੰਚਦੀ ਹੈ ਅੱਜ ਤੁਸੀਂ ਦੇਖ ਰਹੇ ਹੋ ਕਿ ਕਿ ਸਵੇਰ ਤੋਂ ਲੈ ਕੇ ਹੁਣ ਤੱਕ ਕੋਈ ਵੀ ਇੱਥੇ ਮਥਾ ਟੇਕ ਨਹੀਂ ਆਇਆ ਇਹ ਪਰਮੇਸ਼ਰ ਦਾ ਹੁਕਮ ਹੈ ਜਿੱਦਾਂ ਕਾਲ ਉੱਪਰ ਕੋ ਨੂੰ ਪਾਵੇ ਤੇ ਇਸ ਮਹਾਮਾਰੀ ਦੀ ਜੋ ਬਿਮਾਰੀ ਚੱਲੀ ਹੈ ਉਸ ਨੂੰ ਮੁਕ ਰਖਦੇ ਹੋਇਆ ਸਾਰਿਆਂ ਨੇ ਆਪਾਂ ਆਪਣਾ ਆਪਣਾ ਬਚਾਅ ਵੀ ਕਰਨਾ ਹੈ ਪਰਵਾਰਾਂ ਦਾ ਬਚਾਅ ਵੀ ਕਰਨਾ ਹੈ ਤੇ ਪ੍ਰਸ਼ਾਸਨ ਦੀ ਇਹ ਤਾਦਾ ਮੁਤਾਬਕ ਆਪਾਂ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇ ਆਪਾਂ ਸਾਰੀ ਸਰਵੱਦੇ ਭਲੇ ਦੀ ਅਰਦਾਸ ਕਰਨੀ ਹੈ ਜੀ ਕੀ ਕੀ ਇhtiyat ਵਰਤੇ ਜਾ ਰਹੇ ਨੇ ਗੁਰਦੁਆਰੇ ਦੇ ਵਿੱਚ ਕਿਸ ਨੂੰ ਮੱਥਾ ਟੇਕਣ ਦਿੱਤਾ ਜਾ ਰਿਹਾ ਹੈ ਤੇ ਕਿਸ ਨੂੰ ਨਹੀਂ ਹਾਂਜੀ ਇਸ ਤਰ੍ਹਾਂ ਜਿੱਦਾਂ ਇਹ ਜਲੰਧਰ ਸ਼ਹਿਰ ਦਾ ਇੱਕ ਬਹੁਤ ਵੱਡਾ ਇਤਿਹਾਸਕ ਸਥਾਨਾ ਜਿੱਥੇ ਆਮ ਪਹਿਲਾਂ ਇਸ ਮਹਾਮਾਰੀ ਤੋਂ ਜੋ ਪਹਿਲੇ ਦਿਨ ਸਨ ਜੋ ਰੂਟੀਨ ਦੀ तकरीबन 2 ਤੋਂ 3000 ਬੰਦਾ ਰੋਜ਼ਾਨਾ ਇੱਥੇ ਮੱਥਾ ਟੇਕਣਾ ਆਉਂਦਾ ਸੀ ਪਰ ਹੁਣ ਕਿਉਂਕਿ ਜੋ ਸਿਹਤ ਵਿਭਾਗ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਉਹਨਾਂ ਦਾ ਪੂਰੀ ਤਰ੍ਹਾਂ ਤੇ ਪਾਲਣਾ ਕੀਤਾ ਜਾ ਰਿਹਾ ਬਹੁਤ ਸੰਗਤ ਘੱਟ ਆ ਰਹੀ ਹੈ ਤੇ 10 ਬੰਦਿਆਂ ਤੋਂ ਵੱਧ ਅਸੀਂ ਦਰਬਾਰ ਹਾਲ ਦੇ ਵਿੱਚ ਕਿਸੇ ਨੂੰ ਬੈਠਣ ਦੀ ਆਗਿਆ ਨਹੀਂ ਦਿੱਤੀ ਗਈ ਤੇ ਸੰਗਤ ਨੂੰ ਗੁਰਦੁਆਰਾ ਆਉਣ ਤੋਂ ਪਹਿਲਾਂ ਵੀ ਸੈਂਟੀਜਰ ਦੇ ਨਾਲ ਹੱਥੋਂ ਆਏ ਜਾਂਦੇ ਹਨ ਅਤੇ ਰੋਜ਼ਾਨਾ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਵਾਰ ਸੈਂਟੀਜਰ ਦਾ ਛੜਕਾ ਵੀ ਕੀਤਾ ਜਾਂਦਾ ਹੈ ਤੇ ਇਸ ਸਥਾਨ ਦੇ ਜੋ ਪ੍ਰਧਾਨ ਸਾਹਿਬ ਰਿਸਦਾ ਬੈਂਸਿੰਗ ਸਿੰਘ ਸਰਦੀ ਉਹ ਵੀ ਸਮੇਂ-ਸਮੇਂ ਤੇ ਫੋਨ ਤੇ ਵੀ ਆਪ ਵੀ ਕਹਿੰਦੇ ਰਹਿੰਦੇ ਨੇ ਜੋ ਅਸੀਂ ਸੰਗਤ ਨੂੰ ਬੇਨਤੀ ਕਰੀ ਦੀ ਅੰਦਰ ਤੁਸੀਂ ਦਰਬਾਰ ਦੇ ਵਿੱਚ ਦੇਖਿਆ ਲਿਖ ਕੇ ਵੀ ਲਗਾਇਆ ਹੋਇਆ ਵੀ ਨਮਸਕਾਰ ਕਰਕੇ ਮੱਥਾ ਟੇਕ ਕੇ 5-4 ਮਿੰਟ ਤੋਂ ਵੱਧ ਅਸੀਂ ਕਿਸੇ ਨੂੰ ਵੀ ਬੈਠਣ ਦੀ ਜਿਹੜੀ ਹੈ ਉਹ ਮਨਾਈ ਕੀਤੀ ਗਈ ਹੈ ਭਾਵੇਂ ਅਸੀਂ ਇੱਕ ਚਿੰਤਤ ਮੰਨ ਦੇ ਨਾਲ ਹੀ ਕਿਉਂਕਿ ਹਾਲਾਤ ਐਸੇ ਨੇ ਪਰ ਇਹ ਸਭ ਤੋਂ ਜ਼ਰੂਰੀ ਹੈ ਕਿਉਂਕਿ ਇਹਦਾ ਇਲਾਜ ਇਹੀ ਹੈ ਵੀ ਸੰਗਤਾਂ ਵੀ ਘਰਾਂ ਦੇ ਵਿੱਚ ਹੀ ਬੈਠਣ ਗੁਰਦੁਆਰਾ ਸਾਹਿਬ ਦੇ ਵੱਲੋਂ ਇਹੀ ਜਿਹੜਾ ਸੁਨੇਹਾ ਦਿੱਤਾ ਜਾਂਦਾ ਸਮੂਚੀ ਸਾਧ ਸੰਗਤ ਨੂੰ ਕਿ ਅਸੀਂ ਮਨ ਕਰਕੇ ਗੁਰੂ ਦੇ ਨਾਲ ਜੁੜੇ ਰਹਿਣਾ ਤਨ ਦੀ ਜਿਹੜੀ ਦੂਰੀ ਹੈ ਉਹ ਜ਼ਰੂਰੀ ਨਹੀਂ ਵੀ ਉਹ ਸਾਡੀ ਮਨ ਦੀ ਵੀ ਦੂਰੀ ਪਵਾ ਦੇਵੇ ਮਨ ਕਰਕੇ ਅਸੀਂ ਹਮੇਸ਼ਾ ਗੁਰੂ ਦੇ ਨਾਲ ਜੁੜੇ ਹੋਇਆ ਸੰਗਤ ਨੂੰ ਇਹੀ ਬੇਨਤੀ ਹੈ ਕੀ ਘਰਾਂ ਦੇ ਵਿੱਚ ਹੀ ਬੈਠਣ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਆਣਾ ਵੀ ਹੈ ਜੋ ਸੰਗਤ ਆਉਂਦੀ ਹੈ ਉਹ ਛੇਤੀ ਜਾਣ ਦੇ ਵਾਸਤੇ ਇਹ ਜਿਹੜਾ ਸਾਨੂੰ ਸਹਿਯੋਗ ਦੇਵੇ ਇਹੀ ਆਸ ਕਰਦੇ ਹਾਂ ਜੀ ਤੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਵਿੱਚ ਅਸੀਂ ਇਸ ਵੇਲੇ ਖਲੋਤੇ ਹਾਂ ਇੱਥੇ ਪਹਿਲਾਂ ਅੱਜ ਦਾ ਦਿਨ ਜਿਹੜਾ ਆ ਬਹੁਤ ਹੀ ਵੱਖਰਾ ਆ ਪਹਿਲਾਂ ਵਿਸਾਖੀ ਕਿਸ ਤਰੀਕੇ ਨਾਲ ਮਨਾਈ ਜਾਂਦੀ ਸੀਗੀ ਤੇ ਕਿੰਨੇ ਲੋਕ ਲਗਭਗ ਵਿਸਾਖੀ ਦੇ ਦਿਨੇ ਇੱਥੇ ਮੱਥਾ ਟੇਕਣਾਉਂਦੇ ਸੀ ਵਿਸਾਖੀ ਦਾ ਪੁਰਾਣ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਂਦਾ ਸੀਗਾ ਤੇ ਕਿਉਂਕਿ ਰੋਜ਼ਾਨਾ ਵੀ ਜੋ دیਵਾਨ ਆ ਸਵੇਰੇ 4 ਵਜੇ ਤੋਂ ਲੈ ਕੇ 11 ਵਜੇ ਤੱਕ ਤਾਂ ਰੋਜ਼ਾਨਾ ਹੀ ਰੁਟੀਨ ਦੇ ਵਿੱਚ دیਵਾਨ ਸਜਦੇ ਸਨ ਵਿਸਾਖੀ ਵਾਲੇ ਦਿਨ 2 ਵਜੇ ਤੱਕ دیਵਾਨ ਸਜਦੇ ਸਨ ਜਿਹਦੇ ਵਿੱਚ ਕਿ 5-6000 ਦੀ ਵੱਡੀ ਗਿਣਤੀ ਵਿੱਚ ਸੰਗਤ ਇੱਥੇ ਜੁੜਦੀ ਸੀ ਸਾਰਾ ਦਿਨ ਦਰਬਾਰ ਸ਼ਬਤੋਂ ਆ ਕੇ ਰਾਗੀ ਜਿੱਥੇ ਬਹੁਤ ਰੌਣਕਾਂ ਸਮੇਤ ਇਸ ਸਥਾਨ ਤੇ ਵਿਸਾਖੀ ਦਾ ਜੋ ਖਾਲਸਾ ਸਾਜਨਾ ਦੇ ਵਿੱਚ ਮਨਾਇਆ ਜਾਂਦਾ ਸੀ ਇਸ ਵਾਰ ਮਨ ਬੜਾ ਚਿੰਤਤ ਵੀ ਹੈ ਕਿ ਇਹ ਸਾਰਾ ਕੁਝ ਨਹੀਂ ਹੋ ਸਕਿਆ ਸੰਗਤਾਂ ਦੇ ਮਨ ਦੇ ਵਿੱਚ ਵੀ ਇਸ ਦਾ ਬਿਗੋਚਾ ਜ਼ਰੂਰ ਹੈ ਤੇ ਮਾਲਕ ਦੇ ਅੱਗੇ ਅਰਦਾਸ ਕਰਦੇ ਆ ਕਿ ਉਹ ਰੌਣਕਾਂ ਤਾਂ ਭਾਵੇਂ ਇਸ ਗੁਰੂ ਘਰ ਦੇ ਵਿੱਚ ਨਹੀਂ ਲੱਗ ਸਕੀਆਂ ਪਰ ਗੁਰੂ ਚਰਨਾ ਵਿੱਚ ਸਾਡੀ ਇਹੀ ਅਰਦਾਸ ਹੈ ਅੱਜ ਵਿਸਾਖੀ ਦੇ ਸਮੇਂ ਵੀ ਕਿ ਜਿੱਥੇ ਏਡੀ ਵੱਡੀ ਗਿਣਤੀ ਵਿੱਚ 4-5000 ਦੀ ਗਿਣਤੀ ਵਿੱਚ ਸੰਗਤ ਜੁੜਦੀ ਸੀ ਕੀਰਤਨ ਹੁੰਦਾ ਸੀ ਕਥਾ ਵਿਚਾਰਾ ਲੰਗਰ ਚੱਲਦੇ ਸਨ ਸੋ ਸਾਰੀਆਂ ਜਿਹੜੀ ਰੌਣਕ ਸੀ ਹੁਣ ਅਲੋਪ ਹੈ ਤੇ ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਛੇਤੀ ਇਹ ਸਾਡਾ ਸਿਹਤ ਉਪਾਗ ਇਸ ਬਿਮਾਰੀ ਤੋਂ ਨਜਾਤ ਦਿਵਾਵੇ ਪ੍ਰਮਾਤਮਾ ਦੇ ਅੱਗੇ ਅਰਦਾਸ ਹੈ ਕਿ ਮਾਲਕ ਸਭਨਾਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਦੇਹ ਰੋਗਤਾ ਬਖਸ਼ਿਸ਼ ਕਰੇ ਤੇ ਛੇਤੀ ਤੋਂ ਛੇਤੀ ਅਸੀਂ ਆਸ ਕਰਦੇ ਹਾਂ ਵੀ ਆਮ ਬਾਗ ਸਾਰੇ ਹਾਲਾਤ ਬਣ ਜਾਣ ਜੀ ਤੁਸੀਂ ਹੁਣੇ ਖੁਦ ਦੇਖਿਆ ਤੇ ਸੁਣਿਆ ਕਿ ਜਿਸ ਦਿਨ ਨੂੰ ਸਭ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਸਿੱਖ ਇਤਿਹਾਸ ਦੇ ਵਿੱਚ ਵਿਸਾਖੀ ਨੂੰ 13 ਅਪ੍ਰੈਲ 2020 ਨੂੰ ਕਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਤੇ ਉੱਥੇ ਲੋਕਾਂ ਨੂੰ ਵੀ ਮੱਥਾ ਟੇਕਣ ਤੋਂ ਰੋਕ ਦਿੱਤਾ ਹੈ ਪਰ ਜੇਕਰ ਅਸੀਂ ਗੌਰ ਕਰੀਏ ਇਸ ਮਨਾਹੀ ਦੇ ਉੱਤੇ ਤੇ ਇਹ ਮਨਾਹੀ ਬਹੁਤ ਚੰਗੀ ਹੈ ਬਾਕੀ ਲੋਕਾਂ ਦੀ ਸਿਹਤ ਦੇ ਲਈ ਕਿਉਂਕਿ ਇਸ ਮਨਾਹੀ ਦੇ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਤੇ ਦੂਸਰੇ ਪਾਸੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਵਿਸਾਖੀ ਦੇ ਦਿਨ ਨੂੰ ਆਪਣੇ ਘਰ ਬੈਠ ਕੇ ਬਾਕੀ ਲੋਕਾਂ ਲਈ ਅਰਦਾਸ ਕਰਕੇ ਮਨਾਇਆ ਜਾਵੇ ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ ਜਲੰਧਰ ਤੋਂ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਮੀਆਂ ਰਫੀਕ ਮੁਹੰਮਦ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ पति पत्नी विदेश पक्का होना कारोबार ना चलना सिर्फ इकती घंटिया फ्री फ्री फ्री, फ्री मिया रफीक मोहम्मद मोबाइल चौरासी तीन सौ चुहत्तर चौरानवे छह सौ संताली चौरासी तीन सौ चुहत्तर चौरानवे छह सौ अड़ताली